this answer. ਇੱਥੇ ਗੁਰੂ ਜੀ ਦਾ ਸਾਹਮਣਾ ਕੌਡੇ ਰਾਕਸ਼ ਨਾਲ ਹੋਇਆ, ਜਿਹੜਾ ਤੇਲ ਦੇ ਤਪਦੇ ਕੜਾਹੇ ਵਿੱਚ ਮਨੁੱਖ ਨੂੰ ਤਲ ਕੇ ਉਸਦਾ ਮਾਸ ਖਾਂਦਾ ਸੀ। ਕੌਡੇ ਰਾਕਸ਼ ਨੇ ਇਹਨਾਂ ਚਾਰਾਂ ਨੂੰ ਫੜ ਲਿਆ ਅਤੇ ਤੇਲ ਦਾ ਕੜਾਹਾ ਤਪਾ ਲਿਆ। ਸੈਦੋ ਤੇ ਸੀਹੂ ਘਬਰਾ ਗਏ ਤੇ ਸੋਚਣ ਲੱਗੇ ਕਿ ਹੁਣ ਸਾਨੂੰ ਵੀ ਦੋਵਾਂ ਦੇ ਨਾਲ ਹੀ ਕੜਾਹੇ ਵਿੱਚ ਤਲ ਕੇ ਖਾਵੇ। ਸੀਏ ਮਰ ਗਏ ਭਾਈ, ਇਹ ਰਾਕਸ਼ ਤੇ ਬੰਦੇ ਪਕੜਾ ਹੈ, ਅੱਜ ਨਹੀਂ ਬਚਦੇ ਅਸੀਂ, ਇਹ ਸਾਨੂੰ ਮਾਰ ਖਾਏਗਾ ਤਾਂ ਪਿੱਛੇ ਸਾਡੇ ਬੱਚਿਆਂ ਤੇ ਪਰਿਵਾਰ ਦਾ ਕੀ ਬਣੇਗਾ। ਭਾਈ ਡਰ ਤਾਂ ਮੈਨੂੰ ਵੀ ਬਹੁਤ ਲੱਗ ਰਿਹਾ, ਰੂਹ ਕੰਬ ਰਹੀ ਹੈ। ਕੜਾਹੇ ਵਿੱਚ ਉਬਲਦਾ ਤੇਲ ਦੇਖ ਕੇ ਲੱਗਦਾ ਅੱਜ ਸਾਡੀ ਖੈਰ ਨਹੀਂ। ਪਰ ਗੁਰੂ ਜੀ ਨਾਲ ਹਨ, ਕੋਈ ਤਾਂ ਬਚਾ ਕਰਨਗੇ। ਉਹ ਦੇਖ ਸੈਦੋ, ਆ ਗੁਰੂ ਜੀ ਤਾਂ ਖੁਦ ਹੀ ਤਪਦੇ ਕੜਾਹੇ ਵਿੱਚ ਬੈਠ ਗਏ ਨੇ। ਓਏ ਓਏ, ਇਹ ਕੀ ਹੋਇਆ? ਗੁਰੂ ਜੀ ਦਾ ਜਲਾਲ ਵੇਖ ਕੇ ਇਹ ਤਪਦਾ ਕੜਾ ਸ਼ਾਂਤ ਹੋ ਗਿਆ। ਉਹ ਸੀਹੇ ਜਾਲਮ ਕੌਡੇ ਨੂੰ ਵੇਖ, ਉਹਦੇ ਗੁਰੂ ਸਾਹਿਬ ਦੀ ਚਰਨੀ ਲੱਗ ਕੇ ਖਿਮਾ ਯਾਚਨਾ ਕਰ ਰਿਹਾ ਹੈ। ਤਪਦਾ ਕੜਾ ਬੁਝ ਗਿਆ।